ਅੱਜ ਬਰਲਿਨ ਦਾ ਦੂਸਰਾ ਦਿਨ ਅਸੀਂ ਸ਼ੁਰੂ ਕਰ ਰਹੇ ਹਾਂ। ਬ੍ਰੇਕਫਾਸਟ ਅਸੀਂ ਬੜੇ ਆਰਾਮ ਨਾਲ ਪਿਆਰ ਨਾਲ ਕੀਤਾ। ਹੁਣ ਅਸੀਂ ਸੋਚ ਰਹੇ ਹਾਂ ਕਿ ਅੱਜ ਸੰਡੇ ਹੋਣ ਕਰਕੇ ਇੱਕ ਬ੍ਰਾਂਡਨਬੁਰਗ ਟੋਰ ਜਿਹੜਾ ਇੱਥੇ ਕਿ ਬਹੁਤ ਵੱਡੀ ਮੋਨੂਮੈਂਟ ਮੰਨੀ ਜਾਂਦੀ ਹੈ, ਉੱਥੇ ਜਾਵਾਂਗੇ। ਇੱਕ ਸਟਰੀਟ ਫੂਡ ਦਾ ਕੋਈ ਮੇਲਾ ਜਿਹਾ ਲੱਗਦਾ ਜਿੱਥੇ ਤਰ੍ਹਾਂ ਤਰ੍ਹਾਂ ਦੇ ਸਟਰੀਟ ਫੂਡ ਮਿਲਦੇ ਆ, ਉਹ ਵੀ ਅਸੀਂ ਟਰਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਮੈਂ ਤੁਹਾਨੂੰ ਦਿਖਾ ਰਿਹਾ ਜਿਹੜੇ ਜਿਹੜੀ ਜਿਹੜੀ ਅਸੀਂ ਰਹਿ ਰਹੇ ਹਾਂ ਉਹਦੀ ਜਿਹੜੀ ਕ੍ਰੋਸ ਸਟਰੀਟ ਹੈ ਉਹ ਇਸ ਤਰ੍ਹਾਂ ਦੀ ਹੈ। ਇਸਲੇ ਸਾਰੇ ਲੋਕ ਆਪਣੇ ਸੰਡੇ ਮਨਾ ਰਹੇ ਹੈ, ਕੋਈ ਖਾਸ ਟ੍ਰੈਫਿਕ ਨਹੀਂ ਹੈ, ਮੌਸਮ ਵੀ ਅੱਛਾ ਹੈ, 29 ਡਿਗਰੀ ਟੈਂਪਰੇਚਰ, ਹੋ ਸਕਦਾ ਸ਼ਾਮ ਨੂੰ ਬਾਰਿਸ਼ ਆਵੇ। ਓਕੇ, ਇਹ ਜਿਹੜਾ ਹੈ ਚੈੱਕ ਪੁਆਇੰਟ 40, ਇਹ ਤੁਸੀਂ ਦੇਖ ਰਹੇ ਹੋ ਇੱਥੇ ਦੀ ਈਸਟ ਜਰਮਨੀ ਅਤੇ ਵੈਸਟ ਜਰਮਨੀ ਦੀ ਬਾਰਡਰ ਸੀਗੀ। ਜੇ ਕਿਸੇ ਨੇ ਈਸਟ ਜਾਂ ਵੈਸਟ ਤੋਂ ਜਾਣਾ ਹੁੰਦਾ ਸੀ ਤਾਂ ਇਹ ਵਾਲੇ ਚੈੱਕ ਪੁਆਇੰਟ ਤੋਂ ਅੱਗੇ ਜਾਂਦੇ ਸੀਗੇ। ਹੁਣ ਅਸੀਂ ਸ਼ਿਫਟਨ ਸਟਰਾਸ ਦੇ ਕੋਲ ਹੈਗੇ। ਸਿਟੀ ਸੈਂਟਰ ਦੇ ਸੈਂਟਰ ਗਈ ਆ ਬਰਲਿਨ ਦਾ, ਉਸ ਜਗ੍ਹਾ ਸੀ ਇਸ ਵੇਲੇ ਘੁੰਮ ਰਹੇ। ਅਸੀਂ ਸ਼ਲੋਟਨ ਸਟਰਾਸ ਪਹੁੰਚ ਚੁੱਕੇ ਹਾਂ। ਇੱਥੇ ਅਸੀਂ ਆਪਣੀ ਕਾਰ ਪਾਰਕ ਕੀਤੀ ਹੈ। ਤੁਸੀਂ ਇੱਧਰਲਾ ਸਾਰਾ ਆਰਕੀਟੈਕਚਰ ਦੇਖ ਲਓ, ਮਿਕਸਚਰ ਆਫ ਨਿਊ ਆਰਕੀਟੈਕਚਰ ਅਤੇ ਕਾਫੀ ਬਿਲਡਿੰਗ ਇਹਨਾਂ ਨੇ, ਜਿਸ ਤਰ੍ਹਾਂ ਸੈਕਿੰਡ ਵਰਲਡ ਵਾਰ ਤੋਂ ਪਹਿਲਾਂ ਸੀ ਉਸ ਤਰ੍ਹਾਂ ਦੀ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਅਸੀਂ ਇਸ ਵੇਲੇ ਰੀਜੈਂਟ ਹੋਟਲ ਬਰਲਿਨ ਦੇ ਸਾਹਮਣੇ ਖੜ੍ਹੇ ਹਾਂ। ਆਹ ਦੇਖੋ ਹੋਟਲ ਰੀਜੈਂਟ, ਅਸੀਂ ਇਹ ਸ਼ਲੋਟਨ ਸਟਰਾਸੇ ਤੋਂ ਨਿਕਲੇ। ਹੁਣ ਅਸੀਂ ਜਿਹੜੀ ਇੱਕ ਇਹਨਾਂ ਦੀ ਮੇਨ ਸਟਰਾਸੇ ਹੈ ਉਨਤਰ ਦੈਨ ਲਿੰਡਨ, ਲਿੰਡਨ ਵੀ ਇੱਕ ਪੇੜ ਹੁੰਦਾ ਅਤੇ ਇਹਦਾ ਮਤਲਬ ਇਹ ਹੈ ਕਿ ਇਹ ਸਟਰਾਸੇ 'ਤੇ ਜਿੱਥੇ ਲਿੰਡਨ ਦੇ ਪੇੜ ਬਹੁਤ ਲੱਗੇ। ਇਹ ਕੋਨੇ ਦੇ ਡੋਚ ਬੈਂਕ ਦੀ ਬ੍ਰਾਂਚ ਆ, ਹਾਈ ਨੈਟਸ ਨੈਟਵਰਥ ਵੈਲਥ ਇੰਡੀਵਿਜੁਅਲਸ ਵਾਸਤੇ। ਤੁਸੀਂ ਦੇਖੋ ਕਿਆ ਸ਼ਾਨਦਾਰ ਬਿਲਡਿੰਗ ਕਿਰਾਏ 'ਤੇ ਲਈ ਹੋਈ ਹੈ, ਅਤੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਕੋਈ ਵੀ ਵੱਡੀ ਕੰਪਨੀ ਜਿਸ ਤਰ੍ਹਾਂ ਸਾਡੇ ਡੋਚ ਬੈਂਕ ਇਹ LGBTI ਵਾਸਤੇ ਉਹਨਾਂ ਨਾਲ ਖੜੀ ਹੁੰਦੀ ਹੈ। ਆਹ ਦੇਖੋ ਡਾਈਵਰਸਿਟੀ ਵਾਸਤੇ ਇਹਨਾਂ ਨੇ ਦੱਸਿਆ ਹੈ, ਡੋਚ ਬੈਂਕ ਫੋਰ ਡਾਈਵਰਸਿਟੀ। ਇੱਧਰ ਮਾਈਕਰੋਸੋਫਟ ਆਫਿਸ ਹੈ, ਇਹ ਮਾਈਕਰੋਸੋਫਟ ਦੀ ਡਿਜੀਟਲ ਈਟ ਫਰੀ ਹੈ। ਇਹ ਮੈਂ ਤੁਹਾਨੂੰ ਸੜਕ ਦਿਖਾ ਦਿੰਦਾ, ਇਹ ਲਿੰਡਨ ਜਿਹੜੀ ਸੜਕ ਹੈ ਦੇਖੋ ਦੂਰ ਤੱਕ, ਮੈਂ ਥੋੜ੍ਹਾ ਜਿਹਾ ਜ਼ੂਮ ਕਰਨ ਦੀ ਕੋਸ਼ਿਸ਼ ਕਰਦਾ। ਤੁਸੀਂ ਇੱਧਰ ਦੀਆਂ ਸਾਰੀਆਂ ਬਿਲਡਿੰਗਾਂ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਸਾਰੀ ਸੈਕਿੰਡ ਵਰਲਡ ਵਾਰ ਤੋਂ ਦੁਬਾਰਾ ਓਰਿਜਨਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਜਿਹੜਾ TV ਟਾਵਰ, ਇਹ ਜਿਹੜੀ ਸੜਕ ਹੈ ਲਿੰਡਨ, ਇੱਥੋਂ ਸ਼ੁਰੂ ਹੁੰਦੀ ਹੈ। ਹੁਣ ਅਸੀਂ ਇੱਧਰਲੇ ਪਾਸੇ ਜਾ ਰਹੇ ਹਾਂ। ਹੁਣ ਮੈਂ ਤੁਹਾਨੂੰ ਇੱਥੇ ਦੀ ਇੱਕ ਯੂਨੀਵਰਸਿਟੀ ਹੈ ਉਹ ਦਿਖਾ ਰਿਹਾ, ਹੁੰਬੋਲਡ ਯੂਨੀਵਰਸਿਟੀ। ਇਹਦਾ ਇਹ ਇੱਕ ਕੈਂਪਸ ਹੈ, ਦੇਖੋ ਕਿਆ ਸ਼ਾਨਦਾਰ ਬਿਲਡਿੰਗ ਇਹਨਾਂ ਦੀ।
सामने एक चर्च की रेनोवेशन हो रही है। ये स्टेट ओपरा इन कहते हैं, टॉचे स्टार्स ओपर दिखा दिना। ये इसकी एंट्रेंस है, जूम कट करके थानू फिर दिखा दिना। सामने वो चर्च है, ये हम्बोल्ट यूनिवर्सिटी है। ये देखो ये भी हम्बोल्ट यूनिवर्सिटी, अलेक्सेंडर फॉन हम्बोल्ट इन्ना जर्मन का एक बड़ा तगड़ा रिसर्चर सीगा, वो नाम से बनी हुई है। देखो क्या शानदार इन्होंने बिल्डिंग द्वारा ओरिजिनल जिस तरह वर्ल्ड वार च डिस्ट्रॉय होने तो पहला सी उस तरह की बना दी। ये सेम स्ट्रीट है अज भी उन्होंने लिंडन। अज संडे होने करके सिर्फ टूरिस्ट ही ज़्यादा ने। एक जर्मन हिस्टोरिकल म्यूजियम, ये देखो जेड़ा इन्हों एक राजा होंदा सी कार्ल फ्रीडरिक नंबर वन फ्रीडरिक आइंस, जो दे नाम से बनी हुई है। साढ़े भी इस तरह की पुरानी बिल्डिंग्स है पर बहुत घट, ज़्यादातर तो असं सारी डिस्ट्रॉय कर चुके हैं, असं केयर ही नहीं करते। हूँ मैं थानू आ दिखाना है जिते असी मैं खड़ा, वो पिछे जी मैं वाइट बिल्डिंग हैगी है ये वाली, ये है पले पॉपुले मतलब पॉपुलर पैलेस। सड़क का मकान नंबर 3, ये है क्रोन प्रिंस पले। क्रोन प्रिंस होया भी जड़ा शाहजादा, शाहजादे का पैलेस जी असी ट्रांसलेट करिए। एंड कारागारी ना की हुई, बड़े बड़े थम रखे हुए इन्होंने। जड़िया साइड के गलियाँ एक एक ब्लॉक के नाल सारे देखो कि इन्होंने अपनी सारी डिस्ट्रॉय की थी बिल्डिंग्स द्वारा बना दी है, क्योंकि ये लोगों को शौक है। They preserve their historical places.